ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੇ ਮੌਸਮ ਦੇ ਸਬੰਧੀ ਅਤੇ ਦੇਸ਼ ਦੇ ਕੁਝ ਖਾਸ ਹਿੱਸਿਆਂ ਦੇ ਮੌਸਮ ਦੇ ਸਬੰਧੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੁਹਾਨੂੰ ਆਪਾਂ ਜ਼ਿਲ੍ਹਾ ਵਾਈਜ਼ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਅੱਜ ਪਵੇਗਾ ਰਾਤ ਨੂੰ ਕੱਲ ਸਵੇਰੇ ਕੱਲ ਸ਼ਾਮ ਨੂੰ ਤੇ ਪਰਸੋਂ ਰਾਤ ਨੂੰ ਪਰਸੋਂ ਸਾਰਾ ਦਿਨ ਤੱਕ ਆਪਾਂ ਤੁਹਾਨੂੰ ਯਾਨੀ ਕਿ ਅਗਲੇ 24 ਤੋਂ 48 ਘੰਟਿਆਂ ਦੇ ਤੱਕ ਦੀ ਆਪਾਂ ਜਾਣਕਾਰੀ ਦਵਾਂਗੇ ਜੀ 3 ਤੋਂ 4 ਦਿਨਾਂ ਦੇ ਤੱਕ ਦੀ ਸੋ ਇਸ ਦੇ ਲਈ ਤੁਹਾਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਮੌਸਮ ਦਾ ਹਾਲਤ ਅਗਲੇ 3-4 ਦਿਨਾਂ ਦਾ ਪ੍ਰੋਪਰ ਜ਼ਿਲ੍ਹਿਆਂ ਵਾਈਜ਼ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜ਼ਰੂਰ ਦੇਖਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਜੀ ਚੈਨਲ ਨੂੰ ਲਾਲ ਰੰਗ ਵਾਲਾ ਬਟਨ ਾਪ ਕੇ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਨੱਪ ਦਿਓ ਘੰਟੀ ਦਾ ਬਟਨ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਸੋ ਸ਼ੁਰੂਆਤ ਕਰਦੇ ਆਂ ਜੀ ਫਿਰ ਤੋਂ ਮੀਂਹ ਦੇ ਅਸਾਰ ਦੇਸ਼ ਦੇ ਇੰਨਾਂ ਹਿੱਸਿਆਂ ਦੇ ਵਿੱਚ ਮੌਸਮ ਰਹੇਗਾ ਸੁਹਾਵਣਾ ਸੋ ਮਈ ਦੇ ਅਖੀਰ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਆ ਜੋ ਫਿਲਹਾਲ ਬਰਕਰਾਰ ਰਹਿ ਸਕਦੀ ਹੈ ਜੀ ਪਰ ਉਸ ਤੋਂ ਪਹਿਲਾਂ ਇੱਕ ਨਿੱਕੀ ਜੀ ਰਿਕਵੈਸਟ ਹੈ ਜੀ ਇਸ ਸੁਹਾਵਣੇ ਸੁਹਾਵਣੇ ਮੌਸਮ ਦੇ ਵਿੱਚ ਉਹ ਚਿੱਟੇ ਰੰਗ ਦਾ ਲਾਈਕ ਵਾਲਾ ਬਟਨ ਨੱਪੂ ਜੀ ਅਸਮਾਨ ਵਰਗਾ ਨੀਲਾ ਹੋ ਜਾਏਗਾ ਤੁਸੀਂ ਨੱਪ ਕੇ ਚੈੱਕ ਕਰ ਸਕਦੇ ਹੋ ਸੋ ਹੁਣ ਆਪਾਂ ਗੱਲ ਕਰਦੇ ਆਂ ਜੀ ਦਿੱਲੀ ਸਮੇਤ ਕਈ ਇਲਾਕਿਆਂ ਦੇ ਵਿੱਚ ਮੌਸਮ ਠੰਡਾ ਰਹੇਗਾ ਸ਼ਨੀਵਾਰ ਰਾਤ ਨੂੰ ਕੁਝ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਗਰਾਵਟ ਆਵੇਗੀ ਸੋ ਆਪਾਂ ਗੱਲ ਕਰਦੇ ਆਂ ਜੀ ਅਗਲੇ 3 ਤੋਂ 4 ਦਿਨਾਂ ਤੱਕ ਦਿੱਲੀ ਵਾਲਿਆਂ ਨੂੰ ਗਰਮੀ ਪਰੇਸ਼ਾਨ ਨਹੀਂ ਕਰੇਗੀ ਤੇ ਮੌਸਮ ਵਿਭਾਗ ਦੇ ਅਨੁਸਾਰ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਜਿਹੜਾ ਰਾਤ ਦਾ ਤੇ ਦਿਨ ਦਾ ਉਹ 37 ਡਿਗਰੀ ਅਤੇ ਘੱਟ ਤੋਂ ਘੱਟ 3 ਡਿਗਰੀ ਸੋ ਇਸ ਦੇ ਨਾਲ ਹੀ ਰਾਤ ਨੂੰ ਜੀ 22.6 ਡਿਗਰੀ ਤੇ ਆ ਗਿਆ ਜਿਸ ਦੇ ਨਾਲ ਇਹ ਆਮ ਤੋਂ 4 ਡਿਗਰੀ ਘਟ ਹੈ ਸੋ ਜੇ ਆਪਾਂ ਗੱਲ ਕਰੀਏ ਜੀ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੱਛਮੀ ਗੜਬੜ ਦਾ ਪ੍ਰਭਾਵ 1 ਜੂਨ ਤੱਕ ਰਹੇਗਾ ਜਾਨੀ ਕਿ ਅੱਜ ਰਾਤ ਕੱਲ ਪੂਰਾ ਦਿਨ ਫਿਰ ਰਾਤ ਫਿਰ ਪਰਸੋਂ ਦਿਨ 1 ਜੂਨ ਤੇ ਰਾਤ ਇਸ ਦੌਰਾਨ ਹਲਕਾ ਮੀਂਹ ਤੇਜ਼ ਤੂਫਾਨ ਆਉਂਦੇ ਰਹਿਣਗੇ 1 ਜੂਨ ਤੋਂ ਤਾਪਮਾਨ ਵਧਣਾ ਫਿਰ ਸ਼ੁਰੂ ਹੋ ਜਾਵੇਗਾ 2 ਜੂਨ ਨੂੰ ਇਹ 40 ਡਿਗਰੀ ਤੇ ਪਹੁੰਚ ਜਾਵੇਗਾ ਜਾਨੀ ਕਿ ਜੀ ਅੱਜ ਤੋਂ ਠੀਕ ਤਿੱਜੇ ਦਿਨ ਕਾਫੀ ਗਰਮੀ ਮਹਿਸੂਸ ਹੋਵੇਗੀ ਜਿਵੇਂ ਕਿ ਅੱਜ ਤੋਂ ਪਹਿਲੇ ਤਿੰਨ ਦਿਨ ਸੀ ਉਸ ਤੋਂ ਬਾਅਦ ਜੀ ਆਪਾਂ ਜੇ ਗੱਲ ਕਰੀਏ 4 ਜੂਨ ਤੋਂ ਬਾਅਦ ਦੀ ਤਾਂ ਕੁਝ ਕੁ ਤੱਕ ਹੱਦਾਂ ਤੱਕ ਜਿਹੜੀ ਆ ਉਹ ਬੱਦਲਵਾਈ ਅਤੇ ਹਲਕੇ ਮੀਂਹ ਦੀ ਉਮੀਦ ਹੈ ਇਸ ਤੋਂ ਇਲਾਵਾ ਪੱਛਮੀ ਬੰਗਾਲ ਕੋਲਕੱਤਾ ਬਿਹਾਰ ਅਤੇ ਪਟਨਾ ਉੱਤਰ ਪ੍ਰਦੇਸ਼ ਦੇ ਲਖਨਊ ਦੇ ਵਿੱਚ ਵੀ ਬਦਲਵਾਈ ਰਹੇਗੀ ਰਾਜਸਥਾਨ ਦੇ ਵਿੱਚ ਜੈਸਲਮੇਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਗੁਜਰਾਤ ਤੇ ਅਹਮਦਾਬਾਦ ਦੇ ਵਿੱਚ ਵੀ ਮੌਸਮ ਉਹ ਸਾਫ਼ ਰਹੇਗਾ ਬਾਕੀ ਹਿੱਸਿਆਂ ਦੀ ਜਾਣਕਾਰੀ ਮੌਸਮ ਵਿਭਾਗ ਨੇ ਵੀ ਦਿੱਤੀ ਆ ਸੋ ਖੈਰ ਆਪਾਂ ਗੱਲ ਕਰਦੇ ਆਂ ਜੀ ਪੰਜਾਬ ਦੀ ਸੋ ਅਗਲੇ 4-5 ਦਿਨਾਂ ਤੱਕ ਹਵਾਵਾਂ ਚੱਲਣਗੀਆਂ ਜਿਵੇਂ ਕਿ ਹੁਣ ਚੱਲ ਰਹੀਆਂ ਸੀ ਤੇਜ਼ ਅੱਜ ਵੀ ਚੱਲੀਆਂ ਕੱਲ ਵੀ ਸਾਰਾ ਦਿਨ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਸੋ ਕਈ ਵਾਰੀ ਹਵਾ ਅਰਬ ਸਾਗਰ ਤੋਂ ਵੀ ਆਵੇਗੀ ਜਿਸ ਦੇ ਕਾਰਨ ਵਾਤਾਵਰਣ ਦੇ ਵਿੱਚ ਨਮੀ ਰਹੇਗੀ ਬੱਦਲ ਆਉਂਦੇ ਰਹਿਣਗੇ ਤੇ ਬਰਸਾਤ ਦਾ ਮੌਸਮ ਬਣਿਆ ਰਹੇਗਾ ਸੋ ਅੱਜ 30 ਮਈ ਦੀ ਰਾਤ ਅਤੇ ਕੱਲ 31 ਮਈ ਨੂੰ ਦਿੱਲੀ ਨੁਆਇਡਾ ਗੁਰਗਾਓ ਗਾਜ਼ੀਆਬਾਦ ਫਰੀਦাবাদ ਆਸ-ਪਾਸ ਦੇ ਇਲਾਕਿਆਂ 'ਚ ਹਰਕੀ ਤੋਂ ਦਰਮਿਆਨਾ ਮੀਂਹ ਪਵੇਗਾ ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਪੰਜਾਬ ਦੀ ਜਿਸ ਦੇ ਵਿੱਚ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਜ਼ਿਲ੍ਹਿਆਂ ਦੇ ਵਿੱਚ ਅਨੇਕੀ ਥਾਂ 'ਤੇ ਮੀਂਹ ਪਵੇਗਾ ਜੀ ਉਸ ਤੋਂ ਬਾਅਦ ਨਵਾਂ ਸ਼ਹਿਰ ਬਲਾਚੌਰ ਰੋਪੜਖੰਨਾ ਸਮਰਾਲਾ ਰਾਜਪੁਰਾ ਮੋਰਿੰਡਾ ਖਮਾਣੋ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਕੀਰਤਪੁਰ ਕੁਰਾਲੀ ਖਰੜ ਬਸੀ ਪਠਾਨਾ ਫਗਵਾੜਾ ਰੋਪੜ ਪਟਿਆਲਾ ਚਮਕੌਰ ਸਾਹਿਬ ਬੰਗਾ ਰਾਹੂ ਬਨੂੜ ਲੁਧਿਆਣਾ ਸ਼ਹਿਰ ਠੰਡੀਆਂ ਹਵਾਵਾਂ ਦੇ ਨਾਲ ਅਨੇਕ ਥਾਂ ਜਿਹੜੀਆਂ ਮੀਂਹ ਵੀ ਪਵੇਗਾ ਸੋ ਤੁਸੀਂ ਦੇਖ ਹੀ ਸਕਦੇ ਹੋ ਜੀ ਪਹਿਲਾਂ ਹੁਣ ਰਾਤੀ 8:00 ਵਜੇ ਦੇ ਸਮੇਤੇ ਕਾਫੀ ਪੰਜਾਬ ਦੇ ਵਿੱਚ ਕਾਫੀ ਥਾਂ ਜਿਹੜਾ ਹਲਕ ਤੋਂ ਦਰਮਿਆਨਾ ਮੀਂਹ ਪਿਆ ਉਸ ਤੋਂ ਬਾਅਦ ਮੱਝੇ ਅਤੇ ਦਬਾਬੇ ਦੇ ਬਾਕੀ ਹਿੱਸਿਆਂ ਦੇ ਸਮਿਤ ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਚੋਂ ਵੀ ਟੁੱਟਵੇਂ ਗਰਜ ਵਾਲੇ ਬੱਦਲ ਬਣਨ ਦੇ ਅਸਾਰ ਹਨ ਸੋ ਇਹ ਸੀ ਜੀ ਦੋਸਤੋ ਸੂਬੇ ਪੰਜਾਬ ਦੇ ਮੌਸਮ ਦੇ ਸਬੰਧੀ ਤਾਜ਼ਾ ਇਨਫੋਰਮੇਸ਼ਨ ਜਿਹੜੀ ਆਪਾਂ ਨੂੰ ਮੌਸਮ ਵਿਭਾਗ ਤੋਂ ਮਿਲੀ ਸੀਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਇਸ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਬੇਲੀਆਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਜੀ ਤਾਂ ਜੋ ਉਹਨਾਂ ਨੂੰ ਵੀ ਪੰਜਾਬ ਦੇ ਮੌਜੂਦਾ ਮੌਸਮ ਦੇ ਹਾਲਾਤਾਂ ਦੇ ਬਾਰੇ ਜਾਣਕਾਰੀ ਮਿਲ ਸਕੇ ਜੀ ਜੇਕਰ ਤੁਸੀਂ ਆਪਣੇ ਜ਼ਿਲ੍ਹੇ ਦਾ ਮੌਸਮ ਜਾਨਣਾ ਚਾਹੁੰਦੇ ਹੋ ਤਾਂ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਜੇਕਰ ਤੁਸੀਂ ਸਾਰੇ ਸਰੋਤਿਆਂ ਦੇ ਨਾਲ ਆਪਣੇ ਇਲਾਕੇ ਦੀ ਜ਼ਿਲ੍ਹੇ ਦੀ ਪਿੰਡ ਦੀ ਗਰਾਊਂਡ ਰਿਪੋਰਟ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਵੀ ਕਮੈਂਟ ਦੇ ਵਿੱਚ ਲਿਖੋ ਤਾਂ ਜੋ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਤਾ ਲੱਗ ਸਕੇ ਮੌਸਮ ਦੀ ਲਾਈਵ ਅਪਡੇਟ ਕੀ ਚੱਲ ਰਹੀ ਹੈ ਸੋ ਵੀਡੀਓ ਦੇਖਣ ਦੇ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ